ਨਨਕਾਣਾ ਸਾਹਿਬ ਦਾ ਜ਼ਿਕਰ ਬੜੇ ਲੰਮੇ ਸਮੇਂ ਤੋਂ ਅਸੀਂ ਵਕ ਵਕ ਪੰਜਾਬੀ ਗੀਤਾਂ ਦੇ ਵਿੱਚ ਸੁਣਦੇ ਆ ਰਹੇ ਹਾਂ ਜੇ ਕੋਲ ਹੁੰਦਾ ਨਨਕਾਣਾ ਤਾਂ ਮੱਥਾ ਟੇਕਣ ਜਾਣਾ ਸੀ ਜਾਂ ਗੱਲ ਕਰੀਏ ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ ਤੇ ਜਾਂ ਫਿਰ ਗੱਲ ਕਰੀਏ ਕਿ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਤੇ ਹੁਣ ਉਸੇ ਨਨਕਾਣਾ ਸਾਹਿਬ ਤੇ ਆਧਾਰਿਤ ਪੰਜਾਬੀ ਫਿਲਮ ਬਣ ਜਾ ਰਹੀ ਹੈ ਜਿਹਦਾ ਨਾਂ ਹੈ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਇਸ ਫਿਲਮ ਦਾ ਵੱਡਾ ਆਕਾਰੀ ਸੈੱਟ ਫਗਵਾੜਾ ਲਾਗਲੇ ਪਿੰਡ ਉੱਚਾ ਪਿੰਡ ਦੇ ਵਿੱਚ ਲੱਗਾ ਹੋਇਆ ਹੈ ਲਗਭਗ 25 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਸੈੱਟ ਤਿਆਰ ਕੀਤਾ ਗਿਆ ਹੈ ਸੁਖਬੀਰ ਸੰਧਰ ਫਿਲਮਜ਼ ਪ੍ਰਾਈਵੇਟ ਲਿਮਟਿਡ ਦੇ ਬੈਨਰ ਦੇ ਹੇਠ ਇਹ ਫਿਲਮ ਬਣ ਰਹੀ ਹੈ ਤੇ ਇਸ ਫਿਲਮ ਨੂੰ ਅਗਸਤ ਜਾਂ ਸਤੰਬਰ ਦੇ ਵਿੱਚ ਰਿਲੀਜ਼ ਕੀਤੇ ਜਾਣ ਦੀ ਸੰਭਾਵਨਾ ਹੈ ਤੇ ਆਓ ਦੇਖਦੇ ਹਾਂ ਇਸ ਫਿਲਮ ਦਾ ਸੈੱਟ ਤੇ ਗੱਲ ਕਰਦੇ ਹਾਂ ਫਿਲਮ ਦੇ ਕਲਾਕਾਰਾਂ ਅਮਨ ਢਾਲੀਵਾਲ ਅਦਾਕਾਰਾ ਓਸ਼ਨ ਸਾਈ ਫਿਲਮ ਦੇ ਪ੍ਰੋਡਿਊਸਰ ਸੁਖਬੀਰ ਸਿੰਘ ਸੰਧਰ ਡਾਇਰੈਕਟਰ ਜਗਮੀਤ ਸਿੰਘ ਸਮੁੰਦਰੀ ਤੇ ਹੋਰ ਨਾ ਦੇ ਨਾਲ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਫਿਲਮ ਦੇ ਮੁੱਖ ਅਦਾਕਾਰ ਅਮਨ ਤਾਲੀਵਾਲ ਸਾਡੇ ਨਾਲ ਨੇ ਸਾਕਾ ਨਨਕਾਣਾ ਸਾਹਿਬ ਫਿਲਮ ਦੇ ਨਾਲ ਜੁੜ ਕੇ ਕਿਹੋ ਜਿਹਾ ਮਹਿਸੂਸ ਕਰਦੇ ਹੋ ਮੇਰੇ ਪਹਿਲੇ ਦਿਨੋਂ ਹੀ ਇਹ ਕੋਸ਼ਿਸ਼ ਰਹੀ ਹੈ ਜਦੋਂ ਮੈਂ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਕਿਉਂਕਿ ਮੈਂ ਆਪਣੇ ਫਾਦਰ ਸਾਹਿਬ ਮਿੱਠੂ ਸਿੰਘ ਕਾਨੇ ਕਿ ਉਹਨੂੰ ਲੋਕ ਲਹਿਰਾਂ ਨਾਲ ਜੁੜੇ ਹੋਏ ਉਹਨਾਂ ਦੀਆਂ ਗੱਲਾਂ ਸੁਣੀਆਂ ਨੇ ਉਹ ਨੌਜਵਾਨ ਭਗਤ ਸਵਾ ਲਹਿਰ ਦੇ ਵਿੱਚ ਕੰਮ ਕੀਤਾ ਸੋ ਉਹਨਾਂ ਦੀ ਜਿਹੜੀ ਸੋਚ ਸੀ ਜ਼ਾਹਿਰ ਹੈ ਕਿ ਉਹਦਾ ਮੇਰੇ ਤੇ ਅਸਰ ਜ਼ਰੂਰ ਹੋਣਾ ਸੀ ਸੋ ਮੈਂ ਇੱਕ ਪਲੇਟਫਾਰਮ ਹਮੇਸ਼ਾ ਲੱਭਦਾ ਸੀਗਾ ਕਿ ਕੋਈ ਇਸ ਤਰ੍ਹਾਂ ਦਾ ਪਲੇਟਫਾਰਮ ਇਨਸਾਨ ਕੋਲੇ ਹੋਵੇ ਤੇ ਆਪਣੀ ਆਵਾਜ਼ ਰੱਖ ਸਕੇ ਕਿਉਂਕਿ ਲੋਕ ਕਲਹਿਰਾਂ ਜੋ ਅਗਰ ਨਾਕਾਮ ਯਾਬ ਹੋਈਆਂ ਤੇ ਉਹ ਇਸ ਕਾਰਨ ਇਹੀ ਰਿਹਾ ਕਿ ਉਹਨਾਂ ਦੀ ਆਵਾਜ਼ ਜਾਂ ਤਾਂ ਦਬਾਈ ਗਈ ਤੇ ਜਾਂ ਉਹ ਲੋਕਾਂ ਤੱਕ ਨਹੀਂ ਪਹੁੰਚੀ ਸੋ ਫਿਲਮ ਇੰਡਸਟਰੀ ਅੱਜ ਦੇ ਟਾਈਮ ਦੇ ਵਿੱਚ ਇੱਕ ਸਾਡੇ ਲਈ ਇੱਕ ਬੜਾ ਵਧੀਆ ਪਲੇਟਫਾਰਮ ਹੈ ਅਸੀਂ ਇੱਕ ਆਵਾਜ਼ ਇਤਿਹਾਸ ਦੀ ਅਸੀਂ ਜੋ ਕੁਝ ਵਾਪਰਿਆ ਸਾਡੇ ਨਾਲ ਉਹ ਅਸੀਂ ਫਿਲਮ ਦੇ ਜ਼ਰੀਏ ਇਹ 사ਕਾ ਫਿਲਮ ਦੇ ਜ਼ਰੀਏ ਅਸੀਂ ਦਿਖਾਉਣ ਜਾ ਰਹੇ ਹਾਂ ਜਦੋਂ ਸੰਦਰ ਸਾਹਿਬ ਨੇ ਮੈਨੂੰ ਮੈਂ ਇਹਨਾਂ ਦੀ ਪਹਿਲਾ ਪੁੱਤ ਜੱਟਾਂ ਦੀ ਫਿਲਮ ਕੀਤੀ ਸੀ ਉਹ ਕਾਫੀ ਸੁਪਰ ਹਿੱਟ ਹੋਈ ਤੇ ਮੈਂ ਇਹਨਾਂ ਨੂੰ ਇਹੀ ਕਿਹਾ ਸੀ ਮੈਂ ਕਿਹਾ ਸਰ ਮੈਨੂੰ ਸਿਰਫ ਮੈਨੂੰ ਇੱਕ ਕਨਸੈਪਟ ਵਧੀਆ ਚਾਹੀਦਾ ਫਿਲਮ ਦੇ ਲਈ ਮੈਂ ਤੁਹਾਡੇ ਨਾਲ ਹੀ ਕੰਮ ਕਰਾਂਗਾ ਹਮੇਸ਼ਾ ਪਰ ਮੈਨੂੰ ਸਿਰਫ ਉਦੋਂ ਯਾਦ ਕਰੋ ਕਿ ਜਦੋਂ ਕਿਸੇ ਕੋਈ ਅੱਛੇ ਕਨਸੈਪਟ ਦੇ ਉੱਤੇ ਤੁਸੀਂ ਵਰਕ ਕਰੋਗੇ ਤਾਂ ਉਹਨਾਂ ਨੇ ਮੈਨੂੰ ਇਸ ਫਿਲਮ ਦੇ ਲਈ ਮੈਂ ਅਮਰੀਕਾ ਸੀਗਾ ਮੈਨੂੰ ਦੱਸਿਆ ਸਾਰਾ ਕੁਝ ਇਸ ਤਰ੍ਹਾਂ ਦਾ ਸਬਜੈਕਟ ਆ ਤੇ ਮੈਂ ਉਹਨਾਂ ਤੋਂ ਕੁਝ ਨਹੀਂ ਪੁੱਛਿਆ ਕਿਉਂਕਿ ਅਸੀਂ ਸਾਰੇ ਹੀ ਆ ਇਤਿਹਾਸ ਨਾਲ ਜਾਣੂ ਆ ਜੋ 1920 ਦੇ ਵਿੱਚ ਸਾਕਾ ਹੋਇਆ ਜੋ ਘੱਲੂਘਾਰਾ ਹੋਇਆ ਜਿਸ ਤਰ੍ਹਾਂ ਸਾਡੇ ਸਿੰਘ ਸ਼ਹੀਦ ਹੋਏ ਅਸੀਂ ਹਰ ਰੋਜ਼ ਅਰਦਾਸ ਕਰਦੇ ਆ ਨਨ ਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿੰਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜਿੰਨਾਂ ਸਿੰਘਾਂ ਸੰਗੜੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਸੋ ਅਸੀਂ ਹਮੇਸ਼ਾ ਜੋ ਅਸੀਂ ਆਪਣੀ ਅਰਦਾਸ ਦੇ ਵਿੱਚ ਜਿਹੜੀ ਗੱਲ ਸ਼ਾਮਿਲ ਕਰਦੇ ਹਾਂ ਸੋ ਉਸ ਦੇ ਉੱਤੇ ਹੁਣ ਅੱਜ ਫਿਲਮ ਬਣਨ ਜਾ ਰਹੀ ਆ ਸੋ ਜ਼ਾਹਿਰ ਹੈ ਕਿ ਮੈਨੂੰ ਇੱਕ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਉਸ ਮੈਂ ਫਿਲਮ ਦਾ ਮੁੱਖ اداکار ਵੀ ਆ ਕਿਹੋ ਜਿਹਾ ਕਿਰਦਾਰ ਨਿਭਾਇਆ ਤੁਸੀਂ ਇਸ ਫਿਲਮ ਦੇ ਵਿੱਚ ਇਸ ਫਿਲਮ ਦੇ ਵਿੱਚ ਜੋ ਪਾਤਰ ਹੈ ਜੀ ਜੈਮਲ ਆ ਫਿਲਮ ਦਾ ਲੀਡ اداکار ਆ ਹੋ ਸੋ ਇੱਕ ਸੰਘਰਸ਼ੀ ਜੀ ਉਹਦਾ ਜੋ ਜਿੰਨੇ ਮੋਰਚੇ ਜਿਹੜੇ ਹੁੰਦੇ ਆ ਉਹਨਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਤੇ ਆ ਬਾਕੀ ਕਹਾਣੀ ਤੁਸੀਂ ਹੈ ਫਿਲਮ ਦੇ ਵਿੱਚ ਦੇਖੋਗੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਓਸ਼ਨ ਸਾਈ ਇਸ ਫਿਲਮ ਚ ਮੈਂ ਕਿਰਦਾਰ ਨਿਭਾਰੀਆਂ ਆਨੰਦ ਕੌਰ ਦਾ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਤੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਇਸ ਫਿਲਮ ਨਾਲ ਜੁੜ ਕੇ ਬਿਕੋਜ਼ ਮੌਕਾ ਨਹੀਂ ਮਿਲਦਾ ਹਿਸਟੋਰਿਕ ਫਿਲਮਾਂ ਕਰਨ ਦਾ ਜਾਂ ਇਦਾਂ ਦੇ ਕਿਰਦਾਰ ਨਿਭਾਉਣ ਦਾ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਕਿਰਦਾਰ ਨਿਭਾ ਕੇ ਜਿਹੜੀ ਸਾਕਾ ਨਨਕਾਣਾ ਸਾਹਿਬ ਦਾ ਕਨਸੈਪਟ ਇਸ ਤਰੀਕੇ ਨਾਲ ਮੇਰੇ ਮਾਈਂਡ 'ਚ ਆਇਆ ਕਿ ਮੈਂ ਪਹਿਲੇ ਡਾਕੂਮੈਂਟਰੀਜ਼ ਕੀਤੀਆਂ ਨੇ ਸਿੱਖੀਜ਼ਮ ਦੇ ਉੱਪਰ ਇੱਕ ਰਾਈਜ਼ ਆਫ ਦਾ ਖਾਲਸਾ ਡਾਕੂਮੈਂਟਰੀ ਬਣਾਈ ਸੀ 2008 ਦੇ ਵਿੱਚ ਉਦੋਂ ਉਹਨੂੰ ਫਿਲਮ ਨੂੰ ਬੈਸਟ ਡਾਇਰੈਕਟਰ ਅਵਾਰਡ ਮਿਲਿਆ ਨਿਊਯਾਰਕ ਫਿਲਮ ਫੈਸਟੀਵਲ ਦੇ ਵਿੱਚ ਫਿਰ ਮੈਂ ਜਦੋਂ ਉਸ ਹਿਸਟਰੀ ਦੇ ਪੰਨੇ ਫਰੋਲਨੇ ਸ਼ੁਰੂ ਕੀਤੇ ਤੇ ਮੈਨੂੰ ਇਹ ਸਾਕਾ ਮਿਲਿਆ ਸਾਕਾ ਨਨਕਾਣਾ ਸਾਹਿਬ Google ਤੇ ਸਰਚ ਕਰ ਰਿਹਾ ਸੀ ਕਿ ਹੋਰ ਕਿਹੜੇ-ਕਿਹੜੇ ਵੱਡੇ ਸਾਕੇ ਹੋਏ ਨੇ ਫਿਰ ਮੈਂ ਜਦੋਂ ਰਿਸਰਚ ਕਰਨੀ ਸ਼ੁਰੂ ਕੀਤੀ ਮੈਨੂੰ ਲੱਗਾ ਕਿ ਇਹੋ ਜੀ ਚੀਜ਼ ਹੈ ਕਿ ਜਿਹੜੀ ਅਨਐਕਸਪਲੋਰਡ ਹੈ ਕਿ ਹਲੇ ਲੋਕਾਂ ਨੂੰ ਬਹੁਤਾ ਇਹਦੇ ਬਾਰੇ ਪਤਾ ਨਹੀਂ ਹੈ ਕਿ ਇਹ ਜਿਹੜੇ ਹੀਰੋਜ਼ ਹੋਏ ਸੀ ਸਾਕਾ ਨਨਕਾਣਾ ਸਾਹਿਬ ਦੇ ਦੌਰਾਨ ਜਿਹੜੇ ਨਨਕਾਣਾ ਸਾਹਿਬ ਨੂੰ ਕਿਵੇਂ ਬਚਾਇਆ ਜਦੋਂ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਵਿੱਚ ਹੁੰਦੇ ਸਿਗੇ ਤੇ ਫਿਰ ਇਹ ਕਹਾਣੀ ਮੈਂ ਲਿਖਣੀ ਸ਼ੁਰੂ ਕੀਤੀ 1.5 ਦੋ ਸਾਲ ਪਹਿਲੇ ਸਕ੍ਰੀਨਪਲੇ ਬਣਾਇਆ ਤਾਂ ਫਿਰ ਇੱਕ ਬੰਦਾ ਸਪੈਸ਼ਲੀ ਤਰਲੋਚਨ ਸਿੰਘ ਕਰਕੇ ਆਇਆ ਜਿਹਨੂੰ ਮੈਂ ਮੇਰਾ ਅਸਿਸਟੈਂਟ ਉਹ ਨਨਕਾਣਾ ਸਾਹਿਬ ਜਾ ਕੇ ਆਇਆ ਤਾਂ ਕਿ ਉਸ ਵੇਲੇ ਦੇ ਜਿਹੜੇ ਕੁਝ ਉਥੋਂ ਤੱਥ ਮਿਲ ਸਕਣ ਨਨਕਾਣਾ ਸਾਹਿਬ ਦੇ ਅੰਦਰ ਦੀ ਲੁੱਕ ਕਿਵੇਂ ਆ ਕਿਉਂਕਿ ਪਿਛਲੇ 100 ਸਾਲ ਤੋਂ ਜਿਹੜਾ ਬਾਹਰ ਦੀ ਲੁੱਕ ਤੇ ਅੰਦਰ ਦੀ ਲੁੱਕ ਸੇਮ ਹੈ ਬਾਕੀ ਉਹਨੇ ਅੱਗੇ ਜਿਹੜੀਆਂ ਚੀਜ਼ਾਂ ਕੁਝ ਚੇਂਜ ਕੀਤੀਆਂ ਨੇ ਉਸੇ ਹਿਸਾਬ ਨਾਲ ਫਿਰ ਪਿੱ ਲਗੇ ਸਾਡਾ ਆਰਡੈਕਟ ਹੈ ਸੁਨੀਲ ਪੰਡਿਤ ਜਿਨੇ ਡੇ ਨਾਈਟ ਦਾ ਪਹਿਲੇ ਬੈਠ ਕੇ ਮਾਡਲ ਰੈਡੀ ਕੀਤਾ ਮਾਡਲ ਰੈਡੀ ਹੋਣਾ ਸਾਨੂੰ ਇਹ ਫਾਇਦਾ ਹੋਇਆ ਕਿ ਅਸੀਂ ਉਤੇ ਬਲੋਕਿੰਗ ਕਰ ਸਕਦੇ ਹਾਂ ਆਰਟਿਸਟਾਂ ਦੀ ਕਿੱਥੋਂ ਕਿਹੜਾ ਕੈਰੈਕਟਰ ਮੂਵ ਕਰੇਗਾ ਕਿੱਥੋਂ ਕਿਹੜੀ ਚੀਜ਼ ਮੂਵ ਕਰੇਗੀ ਫਿਰ ਅਸੀਂ ਬੰਬੇ ਤੋਂ ਘਟੋ ਘਟਾ ਸੁਨੀਲ ਨੇ 25 ਤੋਂ 30 ਕਾਰਪੈਂਟਰ ਸਪੈਸ਼ਲਿਸਟਸ ਦੇ ਜੋ ਸੈਟ ਡਿਜ਼ਾਈਨ ਦਾ ਹੀ ਕੰਮ ਕਰਦੇ ਸੈੱਟ ਬਣਾਉਂਦੇ ਨੇ ਸੋ ਸਾਡਾ ਕੁ ਕਾਫੀ ਸਮਾਨ ਬੰਬਈ ਤੋਂ ਵੀ ਆਇਆ ਤਾਂ ਇਸ ਤਰੀਕੇ ਨਾਲ ਸਾਨੂੰ ਕਾਫੀ ਸਮਾਂ ਲੱਗਾ ਸੈੱਟ ਨੂੰ ਬਣਾਉਣ ਦੇ ਲੇਕਿਨ ਫਾਈਨਲੀ ਉਹਦੀ ਲੁੱਕ ਜਿਹੜੀ ਮਿਲੀ ਸਾਨੂੰ ਸਾਨੂੰ origignal ਮਿਲੀ ਤੇ ਵੀ ਆਰ ਹੈਪੀ ਅਬਾਊਟ ਇਟ ਫਿਲਮ ਨੂੰ ਪਿਆਰ ਕਿੰਨਾ ਮਿਲੇਗਾ ਇਹਦੇ ਬਾਬਤ ਤਾਂ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਪਰ ਆਲੇ-ਦੁਆਲੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਸੈੱਟ ਨੂੰ ਦੇਖਣ ਆਉਂਦੇ ਨੇ ਤੇ ਉਹਨਾਂ ਦੇ ਵਿੱਚੋਂ ਕਈਆਂ ਦਾ ਇਹ ਕਹਿਣਾ ਹੈ ਕਿ ਅਸੀਂ ਇਸ ਜ਼ਿੰਦਗੀ ਦੇ ਵਿੱਚ ਪਾਕਿਸਤਾਨ 'ਚ ਜਾ ਕੇ ਤਾਂ ਨਨਕਾਣਾ ਸਾਹਿਬ ਨਹੀਂ ਦੇਖ ਸਕੇ ਸਾਡੀ ਦ일리 ਇੱਛਾ ਸੀ ਕਿ ਉੱਚਾ ਪਿੰਡ ਵਾਲਾ ਸੈੱਟ ਨਨਕਾਣਾ ਸਾਹਿਬ ਵਾਲਾ ਜ਼ਰੂਰ ਦੇਖਾਈ ਦੇ ਕੇ ਸਾਨੂੰ ਬਹੁਤ ਅੱਛਾ ਲੱਗਾ ਜਦੋਂ ਹੁਣ ਅਸੀਂ ਪਾਕਿਸਤਾਨ ਚ ਨਹੀਂ ਜਾ ਸਕਦੇ ਸੀ ਜੀ ਤੇ ਸਾਡਾ ਮਨ ਦੀ ਤਮੰਨਾ ਸੀ ਅਸੀਂ ਕਦੇ ਇੱਥੇ ਆ ਕੇ ਦੇਖੀਏ ਵੀ ਕੀ ਕੁਝ ਹੈਗਾ ਕਿਦਾਂ ਹੋਇਆ ਆ ਉਸ ਇਤਿਹਾਸ ਬद्दल ਇਹ ਸਾਰਾ ਸਾਨੂੰ ਜਾਣਕਾਰੀ ਮਿਲਦੀ ਹੈ ਪਤਾ ਲੱਗਦਾ ਸਾਰ ਤੇ ਕਿਹੋ ਜਿਹਾ ਲੱਗਾ ਸਾਰਾ ਸੈੱਟ ਦੇਖ ਕੇ ਜੋ ਤੁਸੀਂ ਸੋਚਿਆ ਸੀ ਬਿਲਕੁਲ ਉਹੋ ਜਿਹਾ ਹੀ ਹੈ ਜਾਂ ਤੁਹਾਡੇ ਉਹਦੇ ਵਿੱਚ ਕੋਈ ਫਰਕ ਵੀ ਨਜ਼ਰ ਆਇਆ ਨਹੀਂ ਸੇਮ ਉਹ ਹੀ ਆ ਜੋ ਹੁਣ ਜਿੱਦਾਂ ਉਥੋਂ ਤਸਵੀਰਾਂ ਫੋਟੋਆਂ ਆਉਂਦੀਆਂ ਉਹ ਤੇਰੀਆਂ ਬਣੀਆਂ ਹੋਈਆਂ ਸੇਮ ਉਹ ਹੀ ਚੀਜ਼ੇ ਲੱਗਦੀ ਆ ਦੇਖਣ ਵਾਸਤੇ ਸੇਮ ਕੋਈ ਫਰਕ ਨਹੀਂ ਲੱਗਦਾ ਦੇਖੋ ਜੀ ਮੈਂ ਸੋਚਿਆ ਕਿ ਆਪਣੇ ਧਰਮ ਦੇ ਵਿੱਚ ਇੰਨਾ ਕੁ ਹੈਗਾ ਇਹਨੀਆਂ ਸ਼ੀਧੀਆਂ ਪਾਈਆਂ ਰਾਈਟ ਉਹਨਾਂ ਨੂੰ ਆਪਾਂ ਗੰਭੀਰਤਾ ਜੋ ਇੰਨੀ ਹੋਈ ਸੀ ਉਹ ਆਪਾਂ ਸਾਹਮਣੇ ਲਈਏ ਤੇ ਉਹਦੇ ਲਈ ਦੂਸਰੀ ਚੀਜ਼ ਇਹ ਸੀ ਕਿ ਨਨਕਾਣਾ ਸਾਹਿਬ ਜੋ ਗੁਰਦੁਆਰਾ ਹੈਗਾ ਪਾਕਿਸਤਾਨ ਦੇ ਵਿੱਚ ਉਥੇ ਬਹੁਤ ਲੋਕ ਨੇ ਜਿਨ੍ਹਾਂ ਕੋ ਜਾਣ ਦੀ ਲਈ ਜਾਂ ਉਨਾ ਕੋ ਕੋਈ ਜਬ ਫਾਈਨੈਂਸ਼ਲੀ ਸਟਰੋਂਗ ਨਹੀਂ ਹੈਗੇ ਜਾਂ ਵੀਜ਼ਾ ਡਿਫਿਕਲਟੀਜ਼ ਰੱਖ ਲੋ ਜਾਂ ਫੋਰਨ ਰਹਿੰਦੇ ਆ ਰਾਈਟ ਤੇ ਉਹਦੇ ਕਰਕੇ ਮੈਂ ਕਿਹਾ ਇਥੇ ਸੈਟ ਲਗਾ ਕੇ ਤੇ ਫਿਲਮ ਦੇ ਰਾਹੀਂ ਅਸੀਂ ਉਹਨਾਂ ਦੇ ਦਰਸ਼ਨ ਕਰਾ ਸਕੀ ਉਹਨਾਂ ਨਨਕਾਣਾ ਸਾਹਿਬ ਦੇ ਤੇ ਬਾਕੀ ਜੋ ਸ਼ੂਟਿੰਗ ਦੇ ਦੌਰਾਨ ਵੀ ਅਸੀਂ ਕਿਸੇ ਨੂੰ ਰੋਕਿਆ ਨਹੀਂ ਇਨਵਾਈਟ ਹੀ ਕੀਤਾ ਵੱਧ ਤੋਂ ਵੱਧ ਜਿੰਨੇ ਵੀ ਲੋਕ ਹੈਗੇ ਇੱਥੇ ਆ ਕੇ ਸ਼ੂਟਿੰਗ ਦੇਖ ਸਕਣ ਕਈ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਨੇ ਆ ਕੇ ਦਰਸ਼ਨ ਕੀਤੇ ਨੇ ਤੇ ਬਹੁਤ ਅਪਰੀਸ਼ੀਏਟ ਕੀਤਾ ਇਹ ਸੀ 사카 ਨਨਕਾਣਾ ਸਾਹਿਬ ਦੇ ਸ਼ਹੀਦ ਫਿਲਮ ਦੇ ਸੈੱਟ ਤੋਂ ਅਜੀਤ ਵੈਬ ਟੀਵੀ ਵੱਲੋਂ ਤਿਆਰ ਕੀਤੀ ਗਈ ਵਿਸ਼ੇਸ਼ ਰਿਪੋਰਟ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਹੁਣ ਦਿਓ ਆਗਿਆ ਬਹੁਤ ਬਹੁਤ ਮਿਹਰਬਾਨੀ